ਦੇ ਖੁਸਰੇ ਪਿੰਡ ਅਚਾਰ ਦੀ ਫਾਰੀ ਤੇ ਨੱਚੀ ਜਾਂਦੇ। ਚੀਜ਼ਾਂ ਮਗਰ ਨਹੀਂ ਦੌੜੀਦਾ ਹੁੰਦਾ, ਜਿਹੜਾ ਚੀਜ਼ਾਂ ਦੇਣ ਵਾਲਾ ਉਹਦੇ ਪਿੱਛੇ ਦੌੜੀਦਾ। ਇਸ਼ਕ ਕਰਨਾ ਹੀ ਤੇ ਉਹਦੇ ਨਾਲ ਕਰ ਜਿਹਨੇ ਦੁਨੀਆ ਬਣਾਈ, ਜਿਹਦੇ ਵਾਸਤੇ ਬਣਾਈ ਹੈ ਉਹਦੇ ਨਾਲ ਇਸ਼ਕ ਦਾ, ਆਪਦੀ ਚਿਹਰਿਆਂ ਨਾਲ ਇਸ਼ਕ ਕਰਨ ਦੀਆਂ ਬੇਵਕੂਫਾ। ਸੱਚੇ ਜਾਵਾਂ ਸ਼ਹਿਜ਼ਾਦਾ ਲੱਗਾ ਇਹ ਆਜ਼ਾਦ ਆਉਂਦੇ ਹੀ ਵੀ ਕੁੜੀਆਂ ਮੇਰਾ ਖਲੋ ਕੇ ਇੰਤਜ਼ਾਰ ਕਰਦੀਆਂ ਸੀ। ਉਹ ਕਿਉਂ ਜੀ? ਉਦੋਂ ਮੈਂ ਕਾਲਜ ਬੱਸ ਚਲਾਉਂਦਾ ਹੁੰਦਾ। ਇਹ ਬੜਾ ਅਜੀਬ ਆਦਮੀ ਹੈ, ਇਹਨੇ 16 ਬੰਦੇ ਮੁਸਲਮਾਨ ਕੀਤੇ ਨੇ। ਪਹਿਲੇ ਨਿਊਖਾਂ ਦੀ ਬੱਸ ਚਲਾਉਂਦਾ ਸੀ, ਇਹਨੇ ਕੱਟ ਹੀ ਆਥੋ ਮਾਰੇ ਮੈਨੂੰ ਲਾ ਲਾ ਹੋਏ ਲੱਗਾ ਹੁਣ। ਕਿਉਂ ਮੇਰੇ ਪਿਆਰ ਕਾ ਇਮਤਿਹਾਨ ਲੇਤੇ ਹੈ, ਆਪ ਮੇਰੀ ਜਾਨ ਹੈ, ਕਿਉਂ ਮੇਰੀ ਜਾਨ ਲੇਤੇ ਹੈ, ਕਿਉਂ ਮੇਰੀ ਜਾਨ ਲੇਤੇ ਹੈ। ਉਹ ਕਮਰਾ ਇੱਕ ਤੇ 3200 ਰੁਪਏ ਕਰਾ ਲੇਤੇ। ਅਸੀਂ ਬੜੇ ਇਨਸਾਫ ਪਸੰਦ ਲੋਕ ਆ, ਪਿੰਡ ਸਾਡੇ ਛੋਟੇ ਵਿਧਾਨ ਹੈ ਨਾ, ਨਾਈਆਂ ਦੀ ਕੁੜੀ ਘੜ ਲਈ। ਮੈਂ ਆਖਿਰ ਨਾਈ ਉਹ ਕਿਵੇਂ ਮੁਕਦੀ ਹੈ? ਕਹਿੰਦੇ ਮਾਫ਼ ਕੀਤਾ। ਮੈਂ ਨਹੀਂ, ਇੰਜ ਮਾਫ਼ੀ ਨਹੀਂ ਹੋਣੀ, ਸਾਡੀ ਘੜ ਸੋ ਤੇ ਉੱਥੇ ਜਿਸ ਕੁੜੀ ਨਾਲ ਚੱਕਰ ਚਲਾਉਣਾ ਉਹਨੂੰ ਘਰ ਸੱਦ ਲਓ। ਅੱਛਾ, ਕੋਸ਼ਿਸ਼ ਕਰੋ ਆਪਣੇ ਘਰ ਦੇ ਫਿਰ ਮੈਨੂੰ ਭੇਜ ਦਿਓ, ਸੈਰ ਕਰਨ ਭੇਜ ਦਿਓ। ਠੀਕ ਹੈ, ਕੁੜੀ ਤਾਂ ਤੁਸੀਂ ਇਕੱਲੇ ਰਹੇ। ਹਾਂ, ਕੁੜੀ ਨੂੰ ਕਹੋ ਮੈਂ ਆਪਣੇ ਲਈ ਚਾਹ ਬਣਾਤਾ ਹੂੰ। ਠੀਕ ਹੈ, ਕੁੜੀ ਸ਼ਰਮਾ ਸ਼ਰਮਾ ਕਹੇਗੀ ਮੈਂ ਬਣਾਤੀ। ਕੁੜੀ ਚਾਹ ਬਣਾਉਣ ਗਈ, ਤੁਸੀਂ ਪਿੱਛੇ ਜਾ ਕੇ ਨਾ ਬੱਖੀ ਜਾ ਤਰਾ ਕੇ ਡਰਾ ਦਿਓ। ਜੇ ਤਾਂ ਕੁੜੀ ਹੱਸ ਪਵੇ ਤਾਂ ਕੰਮ ਗਿਆ ਸੀ, ਜੇ ਗਾਲਾਂ ਕੱਢੇ ਤਾਂ ਫੌਰਨ ਕਰੋ ਬਾਜੀ ਡਰ ਗਈ, ਬਾਜੀ ਡਰ ਗਈ। ਚਵਲ ਹਸਪਤਾਲ ਖੂਨ ਦੇਣ ਗਿਆ, ਡਾਕਟਰ ਨੇ ਇਹਨਾਂ ਕੋਲ ਖੂਨ ਕੱਢਿਆ ਤਾਂ ਬੇਹੋਸ਼ ਹੋ ਗਿਆ। ਉਹਨੇ 8 ਮੌਤਾਂ ਨੂੰ ਪੱਲੇ ਲਾਈਆਂ, 3 ਘੰਟੇ ਬਾਅਦ ਇਹਨੂੰ ਹੋਸ਼ ਆਈ। ਡਾਕਟਰ ਕਹਿੰਦਾ ਸ਼ੁਕਰ ਅਲਹਮਦੁਲਿਲਾ। ਇਹ ਚਵਲ ਕਹਿੰਦਾ ਕੋਈ ਐਸੀ ਗੱਲ ਨਹੀਂ ਡਾਕਟਰ ਸਾਹਿਬ, ਹੋਰ ਕੱਢ ਲਓ ਤੁਸੀਂ। ਵੇਖਿਆ? ਹਾਂਜੀ, ਤੁਹਾਡਾ ਨੱਕ ਬੜਾ ਚੌੜਾ ਵੇ, ਇੱਥੋਂ ਤੇ ਅੰਦਾਜ਼ਾ ਲੱਗਦਾ ਹੈ। ਤੇਰੇ ਦਰ ਪਰ ਸਵਾਲੀ ਬਣਕਰ ਜ਼ਾਲਮ, ਤੂੰ 1000 ਰੁਪਇਆ ਮੰਨ ਲਿਆ। ਕਹਿੰਦਾ ਸੀ ਉਹ ਪਿਆਰ ਨਾਲ ਤੂੰ ਇਹ ਮੇਰੀ ਜਾਨ ਹੈ, 10 ਰੁਪਏ ਦੀ ਹਲੀਤ ਤੇ 3 ਰੁਪਏ ਦਾ ਨਾਮ ਹੈ। ਕਹਿੰਦੇ ਮੈਂ ਬੜਾ ਪਹੁੰਚਿਆ, ਮੈਂ ਜਿੰਨ ਕੱਢਣਾ। ਅੱਛਾ ਬਾਬਾ, ਮੈਂ ਕਿਹਾ ਇਹਨਾਂ ਨੇ ਤੇਰੇ ਘਰ ਪਾਣੀ ਖਲੋਤਾ, ਉਹ ਕੱਢ ਨਹੀਂ ਸਕਿਆ, ਜਿੰਨ ਕਿਤੋਂ ਕੱਢਣਾ।